ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਗੁਰਮੀਤ ਕੌਰ ਜਵੰਦਾ ਬੁਟੀਕ 'ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕਿਵੇਂ ਹੋ ਸਾਰੇ? ਠੀਕ ਠਾਕ ਵਧੀਆ। ਲਓ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਂਦੇ ਹਾਂ, ਪਰ ਕਢਾਈ ਵਾਲੇ ਨਹੀਂ ਦਿਖਾਉਂਦੇ, ਹੋਰ ਫੈਬਰਿਕ ਦਿਖਾਉਂਦੇ ਹਾਂ। ਕਈ ਕਸਟਮਰ ਦੀ ਡਿਮਾਂਡ ਵੀ ਆ ਰਹੀ ਸੀ ਅਤੇ ਕਾਫੀ ਜ਼ਿਆਦਾ ਟਰੈਂਡ ਦੇ ਵਿੱਚ ਵੀ ਹੈ ਵੀ ਸਾਨੂੰ ਤੁਸੀਂ ਕਢਾਈ ਤੋਂ ਇਲਾਵਾ ਜੀ ਕੁਛ ਹੋਰ ਫੈਬਰਿਕ ਦਿਓ, ਅਤੇ ਅੱਜ ਕੱਲ੍ਹ ਬਹੁਤ ਜ਼ਿਆਦਾ ਟਰੈਂਡ ਦੇ ਵਿੱਚ ਵੀ ਹੈ। ਚਲੋ ਆਪਾਂ ਦਿਖਾਉਂਦੇ ਤੁਹਾਨੂੰ ਵੀ ਕਿਹੜਾ ਫੈਬਰਿਕ ਹੈ ਇਹ ਅਤੇ ਕੀ ਪ੍ਰਾਈਸ ਰਹੂਗਾ ਜਿਹਦੇ ਨਾਲ ਜਿਹੜੀ ਸਲਵਾਰ ਲੱਗੂ ਜੀ ਉਹ ਮੈਂ ਦੱਸੂੰਗੀ ਤੁਹਾਨੂੰ। ਇਹਦੇ ਨਾਲ ਕਿੰਨੇ ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ, ਕਿਹੜੇ ਫੈਬਰਿਕ ਦੀ ਤੁਹਾਨੂੰ ਸਲਵਾਰ ਮਿਲੂਗੀ, ਕਿਹੜੀ ਤੁਸੀਂ ਲੈ ਸਕਦੇ ਹੋ, ਜਾਂ ਤੁਹਾਡੇ ਕੋਲ ਸਲਵਾਰ ਪਈ ਹੈ ਤਾਂ ਕੱਲਾ ਕਮੀਜ਼ ਵੀ ਲੈ ਸਕਦੇ ਹੋ। ਅਤੇ ਜਿੰਨੇ ਵੀ ਆਪਾਂ ਸੂਟ ਦਿਖਾਵਾਂਗੇ ਸਾਰਿਆਂ ਦੇ ਸਕਰੀਨ 'ਤੇ ਪ੍ਰਾਈਸ ਸ਼ੋ ਹੋਣਗੇ ਜੀ। ਜਿਹੜੇ ਪ੍ਰਾਈਸ ਹੋਣਗੇ ਉਹ ਬਿਨਾਂ ਦੁਪੱਟੇ ਤੋਂ ਬਿਨਾਂ ਸਿਲਾਈ ਤੋਂ ਹੋਣਗੇ। ਤੁਸੀਂ ਕਿਹੜਾ ਦੁਪੱਟਾ ਲਗਵਾਉਣਾ ਉਹ ਮੈਨੂੰ ਤੁਸੀਂ ਦੱਸ ਸਕਦੇ ਹੋ, ਜਾਂ ਬਿਨਾਂ ਦੁਪੱਟੇ ਤੋਂ ਮੰਗਵਾਉਣਾ ਉਹ ਦੱਸ ਸਕਦੇ ਹੋ, ਅਤੇ ਅੱਗੇ ਤੁਹਾਡੀ ਮਰਜ਼ੀ ਰਹੂਗੀ। ਠੀਕ ਹੈ, ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਅਤੇ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਜੇ ਤੁਸੀਂ ਮੈਨੂੰ ਵੇਖਦੇ ਹੋ ਯੂਟਿਊਬ ਚੈਨਲ ਪੰਜਾਬੀ ਕਾਰਨਰ ਤੋਂ, ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇ ਵੇਖਦੇ ਹੋ ਜੀ ਫੇਸਬੁੱਕ ਪੇਜ ਤੋਂ, ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ, ਫੋਲੋ ਜ਼ਰੂਰ ਕਰ ਲਿਓ। ਜਿੰਨੇ ਵੀ ਆਪਾਂ ਸੂਟ ਬਣਾਉਣੇ ਆ ਜੀ ਸਾਰਿਆਂ ਦੇ ਡਿਜ਼ਾਇਨ ਤੁਹਾਨੂੰ ਇੰਸਟਾਗ੍ਰਾਮ ਦੇ ਉੱਪਰ ਮਿਲ ਜਾਣਗੇ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜੀ, ਇੱਥੇ ਲਿਖਿਆ ਹੋਇਆ ਸ਼ੋਅ ਹੋ ਰਿਹਾ ਜੀ। ਜਵੰਦਾ ਡੋਟ ਗੁਰਮੀਤ ਮੇਰੀ ਇੰਸਟਾਗ੍ਰਾਮ ਦੀ ਆਈ ਡੀ ਹੈ, ਸਰਚ ਕਰਕੇ ਜਾ ਸਕਦੇ ਹੋ ਅਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ। ਚਲੋ ਠੀਕ ਹੈ ਜੀ, ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਬਰੋਕਿਟ, ਬਰੋਕਿਟ ਦੇ ਨਾਲ ਆਪਾਂ ਕਿਹੜਾ ਕਲਰ ਹੈ ਇਹ, ਕਿਹੜੀ ਸਲਵਾਰ ਲਾਵਾਂਗੇ, ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ। ਇਹ ਹੈਗਾ ਜੀ ਇਸ ਤਰ੍ਹਾਂ ਦਾ ਬਰੋਕਿਟ ਦਾ ਸੂਟ, ਠੀਕ ਹੈ। ਇਹ 2.5 ਮੀਟਰ ਦਾ ਤੁਹਾਨੂੰ ਕਮੀਜ਼ ਮਿਲੂਗਾ ਜੀ, ਠੀਕ ਹੈ। ਇਹ ਸਟੀਲ ਗਰੇ ਜੀ ਜਿਹੜੀ ਬਰੋਕਿਟ ਹੈ ਇਹਦੇ ਵਿੱਚ ਡਾਰਕ ਗਰੇ ਕਲਰ ਦੀ ਇਸ ਤਰ੍ਹਾਂ ਬਿੰਦੀ ਹੈ। 2.5 ਮੀਟਰ ਬਰੋਕਿਟ ਦਾ ਤੁਹਾਨੂੰ ਕਮੀਜ਼ ਮਿਲੂਗਾ ਜੀ, ਅਤੇ ਨਾਲ ਮਿਲੂਗੀ ਸਿਲਕ ਦੀ 3 ਮੀਟਰ ਸਲਵਾਰ, ਠੀਕ ਹੈ ਜੀ। ਥੋੜ੍ਹੀ ਜਿਹੀ ਇਹਦੀ ਸ਼ਰਿੰਕਿੰਗ ਹੈਗੀ ਜੀ, ਇਹਦੀ ਕੱਪੜੇ ਦੀ ਥੋੜ੍ਹੀ ਜਿਹੀ ਸ਼ਰਿੰਕਿੰਗ ਹੈ, ਇਸ ਕਰਕੇ ਅਸੀਂ 3 ਮੀਟਰ ਦਿੰਦੇ ਹਾਂ। ਜੇ ਤੁਸੀਂ ਇਹਨੂੰ ਪਾਣੀ 'ਚ ਡਿਪ ਕਰ ਲਿਆ, ਜੇ ਅਸੀਂ ਸਿਲਾਈ ਕਰਾਂਗੇ ਜੀ ਫਿਰ ਤਾਂ ਅਸੀਂ ਕਰਕੀ ਦੇਵਾਂਗੇ, ਜੇ ਤੁਸੀਂ ਖੁਦ ਸਿਲਾਈ ਕਰੋਗੇ ਇਹਨੂੰ ਇੱਕ ਵਾਰੀ ਪਾਣੀ 'ਚ ਡਿਪ ਕਰ ਲਓ, ਅਤੇ 20% ਇਹਦੀ ਸ਼ਰਿੰਕਿੰਗ ਹੋਊਗੀ ਜੀ ਤੁਹਾਡੇ ਕੋਲ। ਇਹ 2.80 ਆ ਜਿਹੜਾ ਕੱਪੜਾ ਰਹਿ ਜੂਗਾ, ਪੂਰੇ 3 ਮੀਟਰ ਅਸੀਂ ਦੇਵਾਂਗੇ, ਠੀਕ ਹੈ। ਸਲਵਾਰ ਦਾ ਕਮੀਜ਼ ਦੀ ਕੋਈ ਸ਼ਰਿੰਕਿੰਗ ਨਹੀਂ ਹੈਗੀ। ਪਹਿਲਾ ਕਲਰ ਆਪਣੇ ਕੋਲ ਇਹ ਹੈਗਾ ਜੀ, ਦੇਖੋ ਗਰੇ ਦੇ ਵਿੱਚ ਤੁਸੀਂ ਲਾਈਟ ਡਾਰਕ ਜਿਹੜਾ ਪਹਿਨਣਾ ਪਹਿਨ ਸਕਦੇ ਹੋ, ਅਤੇ ਇਹਦੇ ਉੱਪਰ ਕੋਈ ਵਰਕ ਦੀ ਵੀ ਕੋਈ ਲੋੜ ਨਹੀਂ। ਜੇ ਤੁਸੀਂ ਕਹਿੰਦੇ ਹੋ ਜੀ ਤਾਂ ਮਸ਼ੀਨ ਦਾ ਕੰਮ ਅਸੀਂ ਕਰਵਾ ਕੇ ਵੀ ਦੇ ਸਕਦੇ ਹਾਂ, ਠੀਕ ਹੈ। ਅਤੇ ਨਾਲ ਗਰੇ ਕਲਰ ਦਾ ਜਾਂ ਤੁਸੀਂ ਦੁਪੱਟਾ ਲੈ ਲਿਆ ਹੈ ਨਾ, ਜਾਂ ਗਰੇ ਕਲਰ ਦਾ ਤੁਸੀਂ ਕਹੋਗੇ ਹਲਕਾ ਜਿਹਾ, ਤੁਹਾਨੂੰ ਵਰਕ ਕਰਵਾ ਦਿਓ, ਇਸ ਤਰ੍ਹਾਂ ਆਊਗਾ ਜੀ ਇਹਦਾ ਡਿਜ਼ਾਇਨ, ਇਸ ਤਰ੍ਹਾਂ ਡਿਜ਼ਾਇਨ ਆਊਗਾ ਇਹਦਾ, ਐਵੇਂ ਆ ਜਾਏਗੀ ਡਿਜ਼ਾਇਨਿੰਗ, ਠੀਕ ਹੈ। ਅਗਰ ਤੁਸੀਂ ਕਹੋਗੇ ਜੀ ਸਾਨੂੰ ਗਰੇ ਕਲਰ ਦਾ ਹੈ ਨਾ ਵਰਕ ਹਲਕਾ ਜਿਹਾ ਕਰਵਾ ਦਿਓ ਸਲਵਾਰ ਨਾਲ ਦਾ, ਤਾਂ ਆਪਾਂ ਕਰਵਾ ਕੇ ਵੀ ਦੇ ਦਾਂਗੇ ਚਾਕਾਂ ਜਾਂ ਘੇਰੇ 'ਤੇ, ਜਿਸ ਤਰ੍ਹਾਂ ਤੁਸੀਂ ਕਹਿਣਾ ਚਾਹੋ ਲੈਣਾ ਚਾਹੋਗੇ, ਠੀਕ ਹੈ। ਤੁਹਾਨੂੰ 3 ਮੀਟਰ ਸਲਵਾਰ ਮਿਲੂਗੀ ਜੀ, 2.5 ਮੀਟਰ ਦਾ ਕਮੀਜ਼ ਮਿਲੂਗਾ, ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋ ਜੂਗਾ। ਪਰ ਜਿਹੜਾ ਪ੍ਰਾਈਜ਼ ਸ਼ੋਅ ਹੋਊਗਾ ਜੀ ਉਹਦੇ ਵਿੱਚ ਦੁਪੱਟਾ ਨਹੀਂ ਹੋਊਗਾ, ਦੁਪੱਟਾ ਤੁਸੀਂ ਕਿਹੜੇ ਵਾਲਾ ਲਗਵਾਉਣਾ ਉਹ ਤੁਸੀਂ ਦੱਸ ਦਿਓ। ਤੁਹਾਨੂੰ ਦੁਪੱਟਾ ਜੇ ਤੁਸੀਂ ਸਾਡੇ ਤੋਂ ਮੰਗਵਾਓਗੇ ਜੀ ਡਾਈ ਕਰਕੇ 4 ਸਾਈਡ ਫਿਨਿਸ਼ਿੰਗ ਕਰਕੇ ਮਿਲੂਗਾ, ਠੀਕ ਹੈ। ਫਿਨਿਸ਼ਿੰਗ ਦੇ ਨਾਲ ਮਿਲੂ ਦੁਪੱਟਾ। ਅਗਰ ਤੁਸੀਂ ਸਾਡੇ ਤੋਂ ਦੁਪੱਟਾ ਜਿਹੜਾ ਉਹ ਨਹੀਂ ਤੁਸੀਂ ਮੰਗਵਾਉਣਾ ਚਾਹੁੰਦੇ ਜੀ, ਤੁਸੀਂ ਪਲੇਨ ਵਾਈਟ ਦੁਪੱਟਾ ਵੀ ਮੰਗਵਾ ਸਕਦੇ ਹੋ, ਬਿਨਾਂ ਡਾਈ ਤੋਂ ਵੀ ਦੁਪੱਟਾ ਮਿਲ ਜੂਗਾ। ਤੁਸੀਂ ਦੱਸ ਦਿਓ ਜੀ ਵੀ ਕਿਹੜੇ ਦੁਪੱਟੇ ਨੇ, ਮੈਂ ਤੁਹਾਨੂੰ ਵਟਸਐਪ 'ਤੇ ਰਿਪਲਾਈ ਕਰ ਦੂੰਗੀ, ਠੀਕ ਹੈ। ਅਗਰ ਤੁਸੀਂ ਸਾਡੇ ਤੋਂ ਨਹੀਂ ਦੁਪੱਟਾ ਮੰਗਵਾਉਣਾ, ਨਾ ਤੁਸੀਂ ਵਾਈਟ ਮੰਗਵਾਉਣਾ, ਨਾ ਤੁਸੀਂ ਡਾਈ ਕਰਕੇ ਦੇ ਨਾਲ ਦਾ ਮੰਗਵਾਉਣਾ, ਤਾਂ ਤੁਸੀਂ ਇਕੱਲਾ ਸੂਟ ਮੰਗਵਾ ਸਕਦੇ ਹੋ। ਸਕਰੀਨ 'ਤੇ ਪ੍ਰਾਈਜ਼ ਸ਼ੋਅ ਵੀ ਸਿਰਫ ਸੂਟ ਦਾ ਹੋਊਗਾ, 2.5 ਮੀਟਰ ਸ਼ਰਟ ਦਾ, 3 ਮੀਟਰ ਸਲਵਾਰ ਦਾ। ਵਧੀਆ ਵਾਲੀ ਤੁਹਾਨੂੰ ਸਟੈਂਪ ਵਾਲਾ ਤੁਹਾਨੂੰ ਇਹਦਾ ਕੱਪੜਾ ਮਿਲੂਗਾ ਜੀ ਸਲਵਾਰ ਦਾ, ਅਤੇ ਬਰੋਕਿਟ ਵੀ ਤੁਹਾਨੂੰ ਵਧੀਆ ਵਾਲੀ ਮਿਲੂਗੀ। ਹੁਣ ਤੁਸੀਂ ਪਹਿਨਣ ਦਾ ਟਾਈਮ ਹੈ ਜੀ, ਅੱਗੇ ਤੁਸੀਂ ਅਪ੍ਰੈਲ ਤੱਕ ਇਹਨੂੰ ਪਹਿਨ ਸਕਦੇ ਹੋ ਇੰਡੀਆ ਦੇ ਵਿੱਚ, ਠੀਕ ਹੈ। ਅਗਰ ਤੁਹਾਨੂੰ ਫਰਵਰੀ ਦਾ ਕੋਈ ਵਿਆਹ ਆਉਂਦਾ, ਕੋਈ ਜਾਗੋ ਵਾਲੇ ਦਿਨ ਪਾਉਣਾ, ਕੋਈ ਕਿਸ ਤਰ੍ਹਾਂ ਪਾਉਣਾ, ਪਾ ਸਕਦੇ ਹੋ। ਇਹਦੇ ਵਿੱਚ ਆ ਗਿਆ ਜੀ ਆਪਣੇ ਕੋਲ ਪਹਿਲਾ ਕਲਰ, ਇਹ ਆਪਣੇ ਕੋਲ ਹੈਗਾ ਜੀ ਬੇਬੀ ਪਿੰਕ, ਲਾਜਾ ਲਾਈਟ ਅਨੀਅਨ ਸ਼ੇਡ ਦਾ ਆਪਾਂ ਸੂਟ ਕਹਾਂਗੇ। ਇਹ ਆਪਣੇ ਕੋਲ ਹੈਗਾ ਜੀ ਬੇਬੀ ਪਿੰਕ ਜਾਂ ਇਸ ਤਰ੍ਹਾਂ ਦਾ ਇਹ, ਠੀਕ ਹੈ। ਪਿੱਛੋਂ ਵੀ ਤੁਹਾਨੂੰ ਐਂ ਨਹੀਂ ਹੈਗਾ ਜੀ ਚੁਬਣ ਵਾਲਾ ਨਹੀਂ ਹੈਗਾ, ਇੱਕ ਤਾਂ ਹੁੰਦੀ ਹੈ ਬਰੋਕਿਟ ਜਿਹਦੇ ਪਿੱਛੋਂ ਖੜੀ ਜੀ ਹੁੰਦੀ ਆ ਉਹ ਨਹੀਂ ਹੈਗੀ, ਬਿਲਕੁਲ ਬੁਣਤੀ ਦੇ ਵਿੱਚ ਨਾ ਇਹ ਚੁਬੂਗੀ ਨਹੀਂ, ਅਤੇ ਕੱਪੜਾ ਉਹ ਨਹੀਂ ਹੈਗਾ ਜੀ ਖੜਕ ਖੜਕ ਕਰਦਾ, ਬਿਲਕੁਲ ਸੌਫਟ ਕੱਪੜਾ ਹੈਗਾ,
ਠੀਕ ਹੈ। ਇੱਕ ਇਹਦੇ ਵਿੱਚ ਹੋਰ ਵੀ ਆਉਂਦਾ ਹੈਗਾ ਜਿਹੜਾ ਕਾਫੀ ਉਹ ਹੁੰਦਾ ਹੈਗਾ, ਖੜਕਦਾ ਜਿਹਾ ਹੁੰਦਾ ਕੱਪੜਾ, ਉਹ ਇਸ ਤੋਂ ਘੱਟ ਰੇਟ ਵਾਲਾ ਹੁੰਦਾ, ਉਹ ਨਹੀਂ ਹੈਗਾ ਜੀ, ਵਧੀਆ ਵਾਲੀ ਕੁਆਲਿਟੀ ਹੈ, ਠੀਕ ਹੈ। ਕੁਆਲਿਟੀ ਕੁਆਲਿਟੀ ਦਾ ਹਿਸਾਬ ਹੁੰਦਾ, ਇਹ 'ਚ ਇੱਕ ਹਲਕਾ ਵੀ ਆਉਂਦਾ, ਪਰ ਆਪਾਂ ਦੇਖ ਕੇ ਲਿਆ ਵੀ ਇਹ ਕੁਆਲਿਟੀ ਹੈ ਜਿਹੜੀ ਵਧੀਆ ਰਹੇ। ਅਤੇ ਇਹਦੇ ਨਾਲ ਇਹ ਹੈਗਾ ਜੀ ਬੇਬੀ ਪਿੰਕ ਜਿਹਾ, ਅਤੇ ਇਹਦੇ ਨਾਲ ਆਪਾਂ ਡਾਰਕ ਪਿੰਕ ਆਪਾਂ ਸਲਵਾਰ ਲਾਵਾਂਗੇ। ਜੇ ਮੈਂ ਤੁਹਾਨੂੰ ਕਹਾਂ ਜੀ ਇਹ ਬਹੁਤ ਜ਼ਿਆਦਾ ਮਜੈਂਟਾ, ਮਜੈਂਟਾ ਨਹੀਂ ਹੈਗੀ ਇਹ ਵੀਡੀਓ ਵਿੱਚ, ਜ਼ਿਆਦਾ ਬਰਾਈਟ ਆ ਰਹੀ ਹੈ, ਇਹ ਡਾਰਕ ਅਨੀਅਨ ਸ਼ੇਡ ਹੈ ਇਹ, ਪਤਾ ਨਹੀਂ ਕਿਉਂ ਵੀਡੀਓ 'ਚ ਇੰਨਾ ਬਰਾਈਟ ਆ ਰਿਹਾ ਹੈਗਾ। ਅਤੇ ਇਹ ਇਹਦੇ ਨਾਲ ਆਪਾਂ ਰੱਖੀ ਹੈ ਜੀ ਕਰੇਪ ਦੀ ਸਲਵਾਰ। ਅਗਰ ਤੁਸੀਂ ਇਹ ਸਲਵਾਰ, ਇਹ ਕਰੇਪ ਦੀ ਸਲਵਾਰ ਹੈ ਜੀ, ਕਿਉਂਕਿ ਇਹਦੇ ਨਾਲ ਸਿਲਕ ਦਾ ਰੰਗ ਸਹੀ ਨਹੀਂ ਮਿਲਦਾ ਸੀ, ਅਤੇ ਆਪਾਂ ਡਾਈ ਦਾ ਆਪਸ਼ਨ ਇੱਥੇ ਨਹੀਂ ਰੱਖਿਆ, ਕਿਉਂਕਿ ਜੀ ਡਾਈ ਨਾਲ ਗੜਬੜ ਹੋ ਜਾਂਦੀ ਹੈ, ਹੈ ਨਾ, ਇਹ ਮਿਲ ਡਾਈਡ ਕਲਰ ਨੇ ਨਾ ਨਿਕਲਣ ਵੀ ਨਾ ਫੇਟ ਹੋਣ ਨਾ ਕੋਈ ਖਤਰਾ ਨਹੀਂ। ਅਤੇ ਤੁਹਾਨੂੰ 2.5 ਮੀਟਰ ਨਾਲ ਸਕਰੀਨ 'ਤੇ ਪ੍ਰਾਈਸ ਉਹ 2.5 ਮੀਟਰ ਨਾਲ ਹੋਊਗਾ। ਅਗਰ ਤੁਸੀਂ 3 ਮੀਟਰ ਸਲਵਾਰ ਲੈਣੀ ਹੈ ਜੀ, ਇਹਦਾ ਥੋੜ੍ਹਾ ਜਿਹਾ 1.5 ਮੀਟਰ ਦੇ ਪੈਸੇ ਤੁਹਾਨੂੰ ਐਕਸਟਰਾ ਪੈ ਜਾਣਗੇ, ਠੀਕ ਹੈ। ਅਤੇ ਉਂਝ ਇਹਦਾ ਸਲਵਾਰ 2.5 ਮੀਟਰ ਦੀ ਹੈ, ਕਿਉਂਕਿ ਜ਼ਿਆਦਾ ਹੈਵੀ ਸਲਵਾਰਾਂ ਕੋਈ ਪਾਉਂਦਾ ਨਹੀਂ ਹੈਗਾ। ਜੇ ਫਿਰ ਵੀ ਤੁਸੀਂ ਕਹਿੰਦੇ ਹੋ ਜੀ ਅਸੀਂ 3 ਮੀਟਰ ਹੀ ਲੈਣਾ, ਤੁਹਾਨੂੰ 3 ਮੀਟਰ ਮਿਲ ਜੂਗਾ, ਇਹ ਆਪਾਂ ਕਰੇਪ ਦੀ ਸਲਵਾਰ ਦੇ ਨਾਲ ਰੱਖਿਆ ਹੋਇਆ। ਜਿਹੜਾ ਤੁਹਾਨੂੰ ਰੰਗ ਪਸੰਦ ਹੈ ਜੀ ਉਹ ਲੈ ਲਿਓ। ਅਤੇ ਇਹ ਨਾ ਕਮੀਜ਼ ਥੋੜ੍ਹੀ ਡਾਰਕ ਲਾਈਟ ਸ਼ੇਡ ਦੇ ਨੇ, ਸਲਵਾਰਾਂ ਡਾਰਕ ਦੀਆਂ ਨੇ। ਜੇ ਤੁਸੀਂ ਦੁਪੱਟਾ ਡਾਰਕ ਸ਼ੇਡ ਦਾ ਲੈ ਲਿਆ ਜੀ, ਬਹੁਤ ਜ਼ਿਆਦਾ ਸੂਟ ਤੁਹਾਡਾ ਜੱਚ ਕੇ ਆਊਗਾ, ਤੁਸੀਂ ਹਲਕਾ ਫੁਲਕਾ ਕੰਮ ਕਰਵਾਉਣਾ ਤਾਂ ਕਰਵਾ ਸਕਦੇ ਹੋ। ਵਧੀਆ ਤੁਹਾਨੂੰ ਬਰੋਕਟ ਮਿਲੂਗੀ, ਕੋਈ ਥੱਲੋਂ ਬਿਲਕੁਲ ਫਿਨਿਸ਼ਿੰਗ ਵਾਲੀ ਬਰੋਕਟ ਹੈ ਜੀ। ਲਓ ਜੀ, ਅਤੇ ਇਸ ਤੋਂ ਆਪਾਂ ਨੈਕਸਟ ਕਲਰ ਦਿਖਾ ਦਈਏ ਜੀ। ਇੱਕ ਇਹ ਵਾਲਾ ਕਲਰ ਹੈ, ਇਹਦੇ ਵਿੱਚ ਜਿਹੜਾ ਤੁਸੀਂ ਪਹਿਲਾਂ ਕਲਰ ਦੇਖਿਆ ਜੀ, ਉਹਦੇ ਵਿੱਚ ਜਿਹੜੀ ਬੂਟੀ ਹੈਗੀ ਉਹ ਹੋਰ ਟਾਈਪ ਦੀ ਹੈ, ਇਹਦੇ ਵਿੱਚ ਗਾਜਰੀ ਬੂਟੀ ਹੈ। ਇਹ ਅਨੀਅਨ ਸ਼ੇਡ ਦਾ ਸੂਟ ਹੈ, ਉਹ ਬੇਬੀ ਪਿੰਕ ਜਿਹਾ ਸੀ, ਅਨੀਅਨ ਸ਼ੇਡ ਦਾ ਸੂਟ ਹੈ ਜੀ। ਅਨੀਅਨ ਸ਼ੇਡ ਦੇ ਵਿੱਚ ਜਿਹੜੀ ਬੂਟੀ ਹੈਗੀ ਗਾਜਰੀ ਰੰਗ ਦੀ ਹੈ, ਬਹੁਤ ਸੋਹਣੀ ਬਰੋਕਟ ਹੈ ਜੀ, ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜੀ। ਵਧੀਆ ਵਾਲਾ ਕੱਪੜਾ ਜੀ, ਠੀਕ ਹੈ, ਇਹ ਲਓ ਜੀ। ਅਤੇ ਬਹੁਤ ਸੋਹਣਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ, ਇਹਦੀ ਜਿਹੜੀ ਫਿਨਿਸ਼ਿੰਗ ਹੈ ਬਿਲਕੁਲ ਕੁਆਲਿਟੀ ਬਹੁਤ ਵਧੀਆ ਹੈਗੀ। ਅਤੇ ਇਹਦੇ ਨਾਲ ਆਪਾਂ ਗਾਜਰੀ ਸਲਵਾਰ ਲਾਵਾਂਗੇ ਜੀ, ਜਿਸ ਤਰ੍ਹਾਂ ਦਾ ਮੇਰਾ ਦੁਪੱਟਾ ਹੈਗਾ, ਅਤੇ ਇਹਦੇ ਨਾਲ ਆਪਾਂ ਸਿਲਕ ਦੀ ਸਲਵਾਰ ਲਵਾਂਗੇ। ਇਹ ਤੁਹਾਨੂੰ ਸਿਲਕ ਦੀ ਸਲਵਾਰ 3 ਮੀਟਰ ਨਾਲ ਪਊਗਾ। ਜੇ ਸਲਵਾਰ ਸਿਲਕ ਦੀ ਹੈ ਜੀ ਤਾਂ ਤੁਹਾਨੂੰ 3 ਮੀਟਰ ਦੇਵਾਂਗੇ, ਜੇ ਕਰੇਪ ਦੀ ਹੈ ਤਾਂ 2.5 ਮੀਟਰ, ਜੇ ਤੁਸੀਂ ਬਦਰ ਘੱਟ ਲੈਣਾ ਤੁਹਾਡੀ ਮਰਜ਼ੀ ਰਹੂਗੀ, ਇਹ ਤੁਹਾਡੇ 'ਤੇ ਉੱਪਰ ਛੱਡਿਆ ਹੋਇਆ, ਠੀਕ ਹੈ। ਅਤੇ ਇਹ ਵਾਲੀ ਤੁਹਾਨੂੰ ਮਿਲੂਗੀ ਜੀ, 3 ਮੀਟਰ ਦੀ ਨਾਲ ਸਲਵਾਰ ਮਿਲੂਗੀ, 2.5 ਮੀਟਰ ਦਾ ਕਮੀਜ਼ ਮਿਲੂਗਾ। ਸਕਰੀਨ 'ਤੇ ਸਭ ਦੇ ਪ੍ਰਾਈਸ ਸ਼ੋ ਹੋ ਰਹੇ ਨੇ, ਠੀਕ ਹੈ। ਲਓ ਤੁਸੀਂ ਸਕਰੀਨਸ਼ੋਟ ਲੈ ਕੇ ਭੇਜ ਸਕਦੇ ਹੋ ਅਤੇ ਆਪਣੇ ਲਈ ਔਡਰ ਕਰ ਸਕਦੇ ਹੋ। ਜਿਹੜਾ ਸੂਟ ਤੁਹਾਨੂੰ ਵਧੀਆ ਲੱਗਦਾ ਜੀ ਉਹ ਮੰਗਵਾ ਲਓ ਸਾਡੇ ਤੋਂ। ਲਓ ਜੀ, ਠੀਕ ਹੈ ਜੀ, ਇਹ ਹੈਗਾ ਜੀ ਅਨੀਅਨ ਦੇ ਵਿੱਚ ਗਾਜਰੀ ਬੂਟੀ ਹੈ, ਇਹ ਗਾਜਰੀ ਬੂਟੀ ਵਾਲਾ। ਇੱਕ ਹੱਥ ਬੰਨ ਕੇ ਬੇਨਤੀ ਹੈ ਜੀ, ਮੈਂ ਸਾਰੇ ਦੱਸਦੀ ਹਾਂ ਵੀ ਇਹਦੇ 'ਚ ਗਾਜਰੀ ਬੂਟੀ ਹੈ, ਜਦੋਂ ਤੁਸੀਂ ਉਦੋਂ ਸਕਰੀਨਸ਼ੋਟ ਭੇਜਣਾ ਜੀ ਜਦੋਂ ਮੈਂ ਸਲਵਾਰ ਧਰੀ ਹੋਊਗੀ, ਹੈ ਨਾ। ਕਾਫੀ ਕਸਟਮਰ ਕੋਲ ਇਸ ਤਰ੍ਹਾਂ ਦੇ ਮੋਬਾਈਲ ਦੇ ਕਲਰ ਹੁੰਦੇ ਨੇ, ਮੈਨੂੰ ਸਮਝ ਹੀ ਨਹੀਂ ਆਉਂਦਾ ਵੀ ਇਹ ਕਲਰ ਕੀ ਆ ਰਿਹਾ। ਲਓ ਜੀ, ਇੱਕ ਨੈਕਸਟ ਦਿਖਾ ਦਈਏ ਆਪਾਂ ਤੁਹਾਨੂੰ। ਲਓ ਜੀ, ਇਹ ਵਾਲਾ ਵੀ ਕਾਫੀ ਜ਼ਿਆਦਾ ਪਿਆਰਾ ਕਲਰ ਹੈ, ਇਹ ਹੈਗਾ ਜੀ ਸੀ ਗ੍ਰੀਨ ਕਲਰ, ਠੀਕ ਹੈ ਜੀ। ਸੀ ਗ੍ਰੀਨ ਦੇ ਵਿੱਚ ਤੁਹਾਨੂੰ ਮਿਲੂਗਾ ਜੀ ਡਾਰਕ ਬੋਟਲ ਗ੍ਰੀਨ ਕਲਰ ਦੀ ਇਹ 'ਚ ਬੂਟੀ ਮਿਲੂਗੀ, ਅਤੇ ਡਾਰਕ ਬੋਟਲ ਗ੍ਰੀਨ ਕਲਰ ਦੀ ਆਪਾਂ ਸਿਲਕ ਦੀ ਸਲਵਾਰ ਲਾਵਾਂਗੇ ਜੀ 3 ਮੀਟਰ। ਸੂਟ ਦੇਖੋ ਜੀ, ਬਣ ਬਣ ਕੇ ਉੱਠ ਰਹੇ ਨੇ, ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ। ਕੋਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਬਸ ਸਿੰਪਲ ਤੁਸੀਂ ਗ੍ਰੀਨ ਕਲਰ ਦੀ ਪਾਈਪਿੰਗ ਲਾ ਕੇ ਸਿਲਾਈ ਕਰਵਾ ਸਕਦੇ ਹੋ, ਜਾਂ ਇਹਦੇ ਬਟਨ ਵਗੈਰਾ ਲਾ ਕੇ, ਹੈ ਨਾ, ਕਰਵਾ ਸਕਦੇ ਹੋ। ਦੁਪੱਟੇ ਦੀ ਫਿਨਿਸ਼ਿੰਗ ਆਪਣੇ ਹਿਸਾਬ ਨਾਲ ਕਰਵਾ ਲਿਓ, ਤੁਸੀਂ ਗੋਲਡਨ ਪੱਟੀ ਲਾ ਕੇ ਫਿਨਿਸ਼ਿੰਗ ਕਰਵਾ ਲਉਂਗੇ ਜੀ, ਬਹੁਤ ਸੋਹਣਾ ਲੱਗੂਗਾ। ਬਾਕੀ ਤੁਹਾਨੂੰ ਜੋ ਪਸੰਦ ਹੈ ਜੀ, ਅਸੀਂ ਉਹ ਜੇ ਸਾਡੇ ਤੋਂ ਸਿਲਾਈ ਕਰਾਉਂਗੇ ਅਸੀਂ ਤੁਹਾਨੂੰ ਆਪਣੇ ਆਪ ਵਧੀਆ ਕਰਕੇ ਦੇ ਦਾਂਗੇ, ਠੀਕ ਹੈ। ਕਿਉਂਕਿ ਜੀ ਜਦੋਂ ਦੁਪੱਟਿਆਂ ਨੂੰ ਫਿਨਿਸ਼ਿੰਗ ਆਪਾਂ ਕਰਵਾਉਂਦੇ ਹਾਂ ਨਾ, ਉਦੋਂ ਟੇਲਰ ਦੀ ਜਿਹੜੀ ਖਰਚਾ ਕਾਫੀ ਜ਼ਿਆਦਾ ਵੱਧ ਜਾਂਦਾ। ਹੁਣ ਕੁਛ ਕਸਟਮਰ ਸਾਨੂੰ ਐਵੇਂ ਕਹਿੰਦੇ ਨੇ ਸਾਨੂੰ ਖਰਚੇ ਦਾ ਕੋਈ ਨਹੀਂ, ਸਾਨੂੰ ਵਧੀਆ ਕਰਕੇ ਦਿਓ। ਹੁਣ ਕੁਛ ਕਸਟਮਰ ਕਹਿੰਦੇ ਨੇ ਜਦੋਂ ਮੈਂ ਰੇਟ ਦੱਸ ਦਿੰਦੀ ਉਹ ਖਰਚੇ ਨਾਲ, ਜੇ ਇਹ ਤਾਂ ਖਰਚਾ ਬਹੁਤ ਜ਼ਿਆਦਾ ਪੈ ਗਿਆ। ਸਭ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ,
ਕੱਲ ਇੱਕ ਭੈਣ ਦਾ ਵੀ ਮੈਨੂੰ ਕੁਇੰਟ ਆਇਆ ਸੀ, ਕਹਿੰਦੇ ਤੁਹਾਡੇ ਸੂਟ ਬਹੁਤ ਸੋਹਣੇ ਹੁੰਦੇ ਨੇ ਪਰ ਤੁਸੀਂ ਦੁਪੱਟੇ ਸਿੰਪਲ ਰੱਖ ਦਿਓ। ਦੇਖੋ ਜੀ ਦੁਪੱਟੇ ਸਿੰਪਲ ਰੱਖਣ ਦਾ ਇਹੀ ਕਾਰਨ ਆ, ਹੈ ਨਾ। ਹੁਣ ਜਿਵੇਂ ਮੇਰਾ ਪਿੱਛੇ ਤੁਹਾਨੂੰ ਇੱਥੇ ਸਕਰੀਨ 'ਤੇ ਫੋਟੋ ਸ਼ੋਅ ਹੋ ਜੂਗੀ ਸੂਟ ਦੀ, ਉਹ ਦੁਪੱਟੇ ਦਾ ਸਾਨੂੰ ਇੰਨਾ ਜ਼ਿਆਦਾ ਖਰਚਾ ਪੈ ਗਿਆ। ਹੁਣ ਜਦੋਂ ਕਿਸੇ ਕਸਟਮਰ ਨੂੰ ਅਸੀਂ ਨਾ ਰੇਟ ਦੱਸਦੇ ਹਾਂ, ਕੁਛ ਕਸਟਮਰ ਕਹਿੰਦੇ ਜੀ ਸਾਨੂੰ ਬਿਨਾਂ ਦੁਪੱਟੇ ਤੋਂ ਹੀ ਭੇਜ ਦਿਓ, ਅਸੀਂ ਦੁਪੱਟਾ ਆਪ ਹੀ ਲੈ ਲਾਂਗੇ। ਕੁਛ ਕਸਟਮਰ ਕਹਿੰਦੇ ਨੇ ਨਹੀਂ ਦੁਪੱਟੇ ਨਾਲ ਹੀ ਗ੍ਰੇਸ ਹੁੰਦੀ ਹੈ ਜੀ, ਸਾਨੂੰ ਕਰਵਾ ਕੇ ਦਿਓ। ਇਸ ਕਰਕੇ ਦੁਪੱਟਿਆਂ 'ਤੇ ਜਦੋਂ ਆਪਾਂ ਫਿਨਿਸ਼ਿੰਗ ਕਰਦੇ ਹਾਂ, ਹੈ ਨਾ, ਤੁਹਾਨੂੰ ਪਤਾ ਫੈਬਰਿਕ ਕਿੰਨਾ ਮਹਿੰਗਾ ਹੋਇਆ ਹੋਇਆ, ਗੋਟੇ ਲੈਸਾਂ ਦੇ ਨਾਲ ਬਾਕੀ ਪੇਸਟਿੰਗ ਪੱਟੀ ਲੱਗਦੀ ਹੈ, ਫਿਰ ਟੇਲਰ ਦੀ ਆਪਣੀ ਮਿਹਨਤ ਹੁੰਦੀ ਹੈ, ਉਹਦੇ ਨਾਲ ਸੂਟ ਦਾ ਰੇਟ ਥੋੜ੍ਹਾ ਜਿਹਾ ਹਾਈ ਹੋ ਜਾਂਦਾ। ਲਓ ਜੀ ਆਪਾਂ ਤੁਹਾਨੂੰ ਦਿਖਾ ਦਈਏ, ਇਹ ਹੈਗਾ ਜੀ ਸੀ ਗ੍ਰੀਨ ਕਲਰ ਦਾ ਸੂਟ, ਅਤੇ ਨਾਲ ਹੈਗੀ ਹੈ ਬੋਟਲ ਗ੍ਰੀਨ ਕਲਰ ਦੀ ਸਲਵਾਰ। ਜਿਹੜਾ ਰੰਗ ਤੁਹਾਨੂੰ ਪਸੰਦ ਹੈ ਜੀ ਉਹ ਰੰਗ ਲਿਓ, ਠੀਕ ਹੈ, ਜਿਹੜਾ ਵੀ ਤੁਹਾਨੂੰ ਪਸੰਦ ਹੈ। ਬਹੁਤ ਪਿਆਰੀ ਕਲਰ ਦੀ। ਲਓ ਜੀ ਇੱਕ ਆਪਣੇ ਕੋਲ ਅੱਗੇ ਆ ਗਿਆ ਅਸਮਾਨੀ ਕਲਰ, ਲਾਈਟ ਫਰੋਜੀ ਕਹਿ ਸਕਦੇ ਆਪਾਂ ਇਹਨੂੰ, ਲਾਈਟ ਫਰੋਜੀ ਕਲਰ ਦਾ ਕਮੀਜ਼ ਹੈ ਜੀ, ਠੀਕ ਹੈ, ਅਤੇ ਵਿੱਚ ਹੈਗੀ ਇਹਦੇ ਡਾਰਕ ਫਰੋਜੀ ਕਲਰ ਦੀ ਬੂਟੀ, ਡਾਰਕ ਫਰੋਜੀ ਕਲਰ ਦੀ ਬੂਟੀ ਹੈ ਜੀ। ਅਤੇ ਇਹਦੇ ਨਾਲ ਵੀ ਆਪਾਂ ਸਲਵਾਰ ਤੁਹਾਨੂੰ ਦੇਵਾਂਗੇ ਡਾਰਕ ਫਰੋਜੀ ਸਿਲਕ ਦੀ, ਨਾਲ ਤੁਹਾਨੂੰ ਡਾਰਕ ਫਰੋਜੀ ਸਿਲਕ ਦੀ ਸਲਵਾਰ ਮਿਲੂਗੀ ਜੀ। ਅਗਰ ਜਦੋਂ ਤੁਸੀਂ ਫਰੋਜੀ ਰੰਗ ਦਾ ਦੁਪੱਟਾ ਕਰਵਾ ਲਿਆ, ਸੂਟ ਦੀ ਗ੍ਰੇਸ ਬਹੁਤ ਜ਼ਿਆਦਾ ਸੋਹਣੀ ਆਊ। ਸਾਰੇ ਸੂਟ ਨੇ ਜਿਹੜੇ ਬਹੁਤ ਸੋਹਣੇ ਨੇ, ਹੈ ਨਾ, ਕਲਰ ਕੰਟਰਾਸਟ ਬਹੁਤ ਸੋਹਣੇ ਨੇ, ਤੁਸੀਂ ਦੇਖ ਲਓ ਇਹਨਾਂ 'ਚੋਂ ਕਿਹੜਾ ਤੁਸੀਂ ਲੈਣਾ ਚਾਹੁੰਦੇ ਹੋ। ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਜੀ, ਤੁਸੀਂ ਰਖਵਾ ਲਓ ਇਹਦੇ ਵਿੱਚੋਂ, ਵੀ ਇਹ ਸੂਟ ਸਾਡੇ ਲਈ ਸਾਈਡ ਕਰ ਦਿਉ। ਅਗਰ ਤੁਸੀਂ ਨਵੇਂ ਲੈਣਾ ਕੋਈ ਗੱਲ ਨਹੀਂ, ਨਵਾਂ ਆਰਡਰ ਕਰ ਦਿਉ, ਠੀਕ ਹੈ। ਤੁਸੀਂ ਸਿਲਾਈ ਕਰਵਾਉਣਾ ਹੈਗਾ ਜੀ, ਕੋਈ ਹਲਕੀ ਫੁਲਕੀ ਅਤੇ ਕਢਾਈ ਕਰਵਾਉਣੀ ਹੈ, ਕਢਾਈ ਦੇ ਉੱਪਰ ਫਿਰ ਇਹਦੇ ਨਾਲ ਦੀ ਹੋਊਗੀ, ਧਾਗੇ ਦਾ ਕੰਮ ਕਰਕੇ ਦੇਵਾਂਗੇ, ਤਾਂ ਤੁਸੀਂ ਕਰਵਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ। ਇਹ ਹੈਗਾ ਜੀ ਬਰੋਕ ਦੇ। ਲਓ ਜੀ ਪਿੱਛੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਉਹ ਨਹੀਂ ਹੈਗੀ, ਇਹ ਜਿਹੜਾ ਲੜਨ ਜੇ ਵਾਲਾ ਕੱਪੜਾ ਹੁੰਦਾ, ਬਿਲਕੁਲ ਪਿੱਛੋਂ ਵੀ ਫਿਨਿਸ਼ਿੰਗ ਵਾਲਾ ਕੰਮ ਕੀਤਾ ਹੋਇਆ ਜੀ ਸਾਰਾ। ਇੱਕ ਹੋਰ ਦਿਖਾਈਏ ਤੁਹਾਨੂੰ ਰੰਗ। ਲਓ ਜੀ ਇਹ ਵਾਲਾ ਵੀ ਕਲਰ ਹੈਗਾ ਜੀ ਆਪਣਾ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਵੀ ਸੀ ਗ੍ਰੀਨ ਜਿਹਾ ਸੀ, ਅਤੇ ਉਹਦੇ ਵਿੱਚ ਬੂਟੀ ਹੈਗੀ ਸੀ ਬੋਟਲ ਗ੍ਰੀਨ। ਇਹ ਵੀ ਕਲਰ ਹੈ ਜਿਹੜਾ ਸੀ ਗ੍ਰੀਨ ਜਾਂ ਸੀ ਗ੍ਰੀਨ ਤਾਂ ਨਹੀਂ ਕਹਾਂਗੇ ਆਪਾਂ ਇਹਨੂੰ, ਪਿਸਤਾ ਗ੍ਰੇ ਕਹਾਂਗੇ, ਪਿਸਤਾ ਗ੍ਰੇ ਜਿਹਾ ਕਲਰ ਹੈ, ਪਿਸਤਾ ਜਿਹਾ ਕਲਰ ਹੈ। ਅਤੇ ਇਹਦੇ ਵਿੱਚ ਬੂਟੀ ਹੈਗੀ ਹੈ ਰਾਮਾ ਗ੍ਰੀਨ ਕਲਰ ਦੀ, ਜਿਹੜੀ ਇਹਦੇ ਵਿੱਚ ਬੂਟੀ ਦਿੱਤੀ ਹੋਈ ਹੈ, ਇੱਥੋਂ ਦੇਖੋ ਇਹ ਵਾਲਾ ਕਲਰ ਹੁੰਦਾ ਹੈ ਗੋਲਡਨ, ਉਹਦੇ ਕਰਕੇ ਨਾ ਹੋਰ ਲੱਗਦਾ ਹੁੰਦਾ ਸਾਨੂੰ। ਓਰੀਜਨਲ ਕਲਰ ਇਹਦਾ ਇਹ ਹੈ ਜੀ, ਦੇਖੋ ਇਹ ਵਾਲਾ ਓਰੀਜਨਲ ਕਲਰ ਹੁੰਦਾ ਹੈ, ਗੋਲਡਨ ਕਰਕੇ ਆਪਾਂ ਨੂੰ ਫਿੱਕਾ ਪੈ ਜਾਂਦਾ ਇੱਥੇ। ਅਤੇ ਇਹਦੇ ਵਿੱਚ ਦਿੱਤੀ ਹੋਈ ਹੈ ਬੂਟੀ ਜੀ ਡਾਰਕ, ਇਹਦੇ ਵਿੱਚ ਜਿਹੜਾ ਕਲਰ ਹੈਗਾ ਰਾਮਾ ਗ੍ਰੀਨ ਕਲਰ ਦੀ, ਇਹਤੇ ਇਹਦੇ ਰਾਮਾ ਗ੍ਰੀਨ ਕਲਰ ਦੀ ਨਾਲ ਤੁਹਾਨੂੰ 3 ਮੀਟਰ ਦੀ ਸਲਵਾਰ ਮਿਲੂਗੀ। ਸੇਮ ਪ੍ਰਾਈਸ ਰਹੂਗਾ ਜੀ, ਜੇ ਤੁਸੀਂ ਸਲਵਾਰ ਲਉਂਗੇ 3 ਮੀਟਰ ਦੀ, ਜੇ ਸਿਲਕ ਦੀ ਸਲਵਾਰ ਲੱਗੂ ਤਾਂ 3 ਮੀਟਰ ਦੀ ਲੱਗੂਗੀ, ਪ੍ਰਾਈਸ ਸਾਰਿਆਂ ਦੇ ਸੇਮ ਰਹਿਣਗੇ। ਜੇ ਤੁਸੀਂ ਕਰੇਪ ਦੀ ਸਲਵਾਰ ਲੈਂਦੇ ਹੋ ਤਾਂ ਸਲਵਾਰ 2.5 ਮੀਟਰ ਦੀ ਲੱਗੂਗੀ, ਪ੍ਰਾਈਸ ਤਾਂ ਵੀ ਸੇਮ ਰਹੂਗਾ। ਅਸੀਂ ਇਹਦੇ ਨਾਲ ਮਿਲਾ ਚੁੱਕੇ ਹਾਂ ਜੀ, ਜਿਹੜੇ ਨਾਲ ਜਿਹੜੀ ਸਲਵਾਰ ਮਿਲਦੀ ਹੈ, ਠੀਕ ਹੈ। ਲਓ ਜੀ ਆਪਾਂ ਨੈਕਸਟ ਇੱਕ ਕਲਰ ਤੁਹਾਨੂੰ ਹੋਰ ਦਿਖਾ ਦਈਏ, ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ, ਤੁਸੀਂ ਆਪਣੇ ਲਈ ਇੱਕ ਪਾਸੇ ਸਾਈਡ 'ਤੇ ਰਖਵਾਈ ਚੱਲਿਓ, ਸਕਰੀਨ 'ਤੇ ਪ੍ਰਾਈਸ ਤੁਹਾਨੂੰ ਸ਼ੋਅ ਹੋ ਜਾਣਗੇ। ਬਹੁਤ ਸੋਹਣੇ ਕਲਰ ਨੇ, ਲਓ ਜੀ ਬਹੁਤ ਸੋਹਣੇ ਪ੍ਰਿੰਟ ਨੇ। ਨੈਕਸਟ ਆਪਣੇ ਕੋਲ ਇੱਕ ਹੋਰ ਆ ਗਿਆ ਜੀ, ਇਹਦੇ ਵਿੱਚ ਹੈਗੀ ਆਪਣੀ ਬੇਬੀ ਪਿੰਕ ਦੇ ਵਿੱਚ ਮਜੈਂਟਾ ਬੂਟੀ। ਅਗਰ ਤੁਸੀਂ ਡਾਰਕ ਪਹਿਨਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਮਜੈਂਟਾ ਬੂਟੀ ਮਿਲੂਗੀ, ਅਤੇ ਮਜੈਂਟਾ ਤੁਹਾਨੂੰ ਕਰੇਪ ਦੀ ਸਲਵਾਰ ਮਿਲੂਗੀ। ਸਾਰੇ ਕਲਰ ਬਹੁਤ ਜ਼ਿਆਦਾ ਸ਼ਾਨਦਾਰ ਨੇ ਜੀ। ਅਗਰ ਤੁਸੀਂ ਨਹੀਂ ਪਹਿਨਣਾ ਚਾਹੁੰਦੇ ਕਢਾਈ ਵਾਲਾ, ਜਾਂ ਤੁਸੀਂ ਕਢਾਈ ਵਾਲਾ ਬਹੁਤ ਜ਼ਿਆਦਾ ਪਾ ਕੇ ਅੱਕ ਚੁੱਕੇ ਹੋਗੇ, ਕਢਾਈ ਵਰਗਾ ਹੀ ਹੈ ਜੀ ਉੱਪਰ, ਕਿਉਂਕਿ ਇਹ ਜਿਹੜਾ ਗੋਲਡਨ ਕੰਮ ਹੈ ਸਾਰਾ ਵਰਕ ਦਾ ਹੀ ਹੁੰਦਾ, ਬਹੁਤ ਸੋਹਣਾ ਕੰਮ ਹੋਇਆ ਹੋਇਆ, ਠੀਕ ਹੈ। ਅਤੇ ਥੱਲੋਂ ਵੀ ਇਹਦੀ ਵਧੀਆ ਫਿਨਿਸ਼ਿੰਗ ਵਾਲਾ ਕੱਪੜਾ ਸਾਰਾ, ਇਹਦੇ ਵਿੱਚ ਬੇਬੀ ਪਿੰਕ ਦੇ ਵਿੱਚ ਤੁਹਾਨੂੰ ਮਿਲੂਗੀ ਜੀ ਮਜੈਂਟਾ ਬੂਟੀ, ਅਤੇ ਇਹਦੇ ਨਾਲ ਆਪਾਂ ਮਜੈਂਟਾ ਸਲਵਾਰ ਰੱਖੀ ਹੈ। ਜਿਹੜੇ ਸੂਟ ਦੇ ਵਿੱਚ ਜਿਹੜੀ ਬੂਟੀ ਮਿਲਦੀ ਆ ਜੀ, ਆਪਾਂ ਉਸੇ ਕਲਰ ਦੀ ਆਪਾਂ ਸਲਵਾਰ ਮੈਚਿੰਗ ਕਰੀਏ, ਠੀਕ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਜਿਵੇਂ ਠੀਕ ਲੱਗਦਾ ਉਸ ਤਰ੍ਹਾਂ ਨਾਲ ਕਰਵਾ ਸਕਦੇ ਹੋ।
ਤੇ ਅਗਰ ਤੁਸੀਂ ਬੈਲਵਟ ਦੇ ਸੂਟਾਂ ਨਾਲ ਕਰਵਾਉਣਾ ਜੀ ਤਾਂ ਇਹਦੀਆਂ ਅਸੀਂ ਪੈਂਟਾਂ ਬਣਾ ਕੇ ਦਿੰਦੇ ਹਾਂਗੇ, ਤਾਂ ਪੈਂਟਾਂ ਦੇ ਲਈ ਬਹੁਤ ਵਧੀਆ ਰਹਿੰਦਾ ਇਹ, ਪਰ ਇਹਦੀ ਸਲਵਾਰ ਦੇ ਨਹੀਂ ਠੀਕ ਬਣਦੀ। ਜਾਂ ਤੁਸੀਂ ਸਲਵਾਰ ਜੇ ਬਣਾਉਣੀ ਆ ਸਟਰੇਟ ਸਲਵਾਰ ਬਣਾ ਸਕਦੇ ਹੋ, ਉਂਝ ਅਸੀਂ ਜ਼ਿਆਦਾ ਜਿਹੀਆਂ ਪੈਂਟਾਂ ਬਣਾ ਕੇ ਦਿੱਤੀਆਂ ਨੇ ਬੈਲਵਟ ਦੇ ਸੂਟਾਂ। ਠੀਕ ਹੈ ਜੀ, ਲਓ ਜਿਹੜਾ ਵੀ ਪਸੰਦ ਆ, ਤੁਹਾਨੂੰ ਸਾਰੇ ਕਲਰ ਦਿਖਾ ਦਿੱਤੇ ਨੇ, ਬੈਕ ਕਰਕੇ ਦੇਖ ਲਓ ਜੀ। ਠੀਕ ਹੈ, ਵੀਡੀਓ ਨੂੰ ਬੈਕ ਕਰਕੇ ਦੇਖ ਲਓ, ਜਿਹੜਾ ਕਲਰ ਕਹੋਗੇ ਉਹ ਵਾਲੀ ਸ਼ਰਟ ਤੁਹਾਨੂੰ ਕੱਟ ਕੇ ਦੇ ਦਾਂਗੇ। ਇਸ ਤੋਂ ਇਲਾਵਾ ਜੀ ਇੱਕ ਆਪਣੇ ਕੋਲ ਇਹ ਫੈਬਰਿਕ ਆ, ਹੁਣ ਜੀ ਮੈਂ ਪਹਿਲਾਂ ਦਿਖਾ ਵੀ ਚੁੱਕੀ ਹੈਗੀ ਅਤੇ ਆਪਾਂ ਦੁਬਾਰਾ ਫਿਰ ਆਪਾਂ ਦਿਖਾ ਦਈਏ ਇਹ ਵਾਲਾ ਫੈਬਰਿਕ ਆ। ਇਹਦੇ ਵਿੱਚ ਆਪਣੇ ਕੋਲ 3 ਕਲਰ ਨੇ, ਅਤੇ ਇਹ ਵੀ ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਜੀ, ਹੈ ਨਾ। ਇਹ ਹੈਗਾ ਜੀ ਆਪਣੇ ਕੋਲ ਟਿਸ਼ੂ ਕਰੇਪ ਬਰੋਕਿਟ, ਠੀਕ ਹੈ, ਇਹ ਟਿਸ਼ੂ ਕਰੇਪ ਬਰੋਕਿਟ ਹੈ। ਜੇ ਤੁਸੀਂ ਇਸ ਤਰ੍ਹਾਂ ਲੈਣਾ ਇਸ ਤਰ੍ਹਾਂ ਹੀ ਲੈ ਲਓ, ਜੇ ਤੁਸੀਂ ਥੋੜ੍ਹਾ ਮੋਟਾ ਇਹਦੇ ਉੱਤੇ ਗੋਲਡਨ ਦਾ ਕੰਮ ਕਰਵਾਉਣਾ, ਹੈ ਨਾ, ਥਰੈਡ ਲਾ ਕੇ ਤਾਂ ਉਹ ਹੋ ਜੂਗਾ। ਜਿਸ ਤਰ੍ਹਾਂ ਜੀ ਤੁਸੀਂ ਇਹਨੂੰ ਮੈਚਿੰਗ ਵੀ ਬਣਾ ਸਕਦੇ ਹੋ। ਜੇ ਤੁਸੀਂ ਲਵੈਂਡਰ ਇਕੱਲਾ ਲੈਣਾ ਜੀ ਇਕੱਲਾ ਲੈ ਲਓ, ਇਹ ਬੇਬੀ ਬਲੂ ਦਿਸਦਾ ਪਰ ਬੇਬੀ ਬਲੂ ਨਹੀਂ ਹੈਗਾ, ਇਹ ਲਵੈਂਡਰ ਸ਼ੇਡ ਹੈ। ਕਈ ਵਾਰੀ ਕੈਮਰੇ ਦੇ ਵਿੱਚ ਰੰਗ ਦਾ ਫਰਕ ਆ ਜਾਂਦਾ, ਇਹ ਲਵੈਂਡਰ ਤਾਂ ਬਿਲਕੁਲ ਵੀ ਸਹੀ ਨਹੀਂ ਆਉਂਦਾ ਹੁੰਦਾ, ਠੀਕ ਹੈ। ਅਤੇ ਇਹ ਲਵੈਂਡਰ ਸ਼ੇਡ ਆ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀ ਹਾਂ ਜੀ। ਅਤੇ ਇਹ ਲਵੈਂਡਰ ਸ਼ੇਡ ਤੁਸੀਂ ਇਕੱਲਾ ਸੂਟ ਵੀ ਬਣਵਾ ਸਕਦੇ ਹੋ, ਇਸ ਤਰ੍ਹਾਂ ਤੁਸੀਂ ਹੈ ਨਾ ਪਰਪਲ ਦੇ ਨਾਲ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜੀ, ਵੀ ਇਹਦਾ ਕਮੀਜ਼ ਇਹਦੀ ਸਲਵਾਰ ਬਹੁਤ ਸੋਹਣਾ ਲੱਗੂ। ਇੱਕ ਇਹਦੇ ਵਿੱਚ ਆਪਣੇ ਕੋਲ ਲਾਈਟ ਸ਼ੇਡ ਹੈ ਜੀ ਗ੍ਰੇ ਸ਼ੇਡ, ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹਦੇ ਉੱਪਰ ਆਪਾਂ ਗੋਲਡਨ ਦਾ, ਜਿਵੇਂ ਤੁਸੀਂ ਇਹਦਾ ਕਮੀਜ਼ ਬਣਾ ਲਿਆ ਜੀ, ਹੈ ਨਾ, ਤਾਂ ਇਹਦੇ ਵਿੱਚ ਤੁਸੀਂ ਅਗਰ ਸਾਡੇ ਤੋਂ ਵਰਕ ਕਰਵਾਉਣਾ ਆਪਾਂ ਗੋਲਡਨ, ਅਤੇ ਇਹ ਵਾਲਾ ਪਰਪਲ ਥਰੈਡ ਲਾ ਕੇ ਅਸੀਂ ਆਪਣੇ ਆਪ ਕੰਮ ਕਰਕੇ ਦੇ ਦਾਂਗੇ ਤੁਹਾਨੂੰ, ਠੀਕ ਹੈ। ਲਓ ਜੀ ਆਪਾਂ ਇੱਕ ਨੈਕਸਟ ਹੋਰ ਦਿਖਾ ਦਈਏ ਤੁਹਾਨੂੰ। ਲਓ ਜੀ ਇੱਕ ਇਹਦੇ ਵਿੱਚ ਇਹ ਵਾਲਾ ਗ੍ਰੇ ਕਲਰ ਹੈ, ਜਿਹੜਾ ਵੀ ਰੰਗ ਤੁਹਾਨੂੰ ਪਸੰਦ ਹੈ ਜੀ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਅਤੇ ਔਡਰ ਕਰ ਸਕਦੇ ਹੋ, ਠੀਕ ਹੈ। ਚਲੋ ਠੀਕ ਹੈ ਜੀ, ਅੱਜ ਵਾਲੀ ਵੀਡੀਓ ਵਿੱਚ ਆਪਾਂ ਬਰੋਕਟ ਦਿਖਾਈ ਹੈਗੀ ਅਤੇ ਟਿਸ਼ੂ ਬਰੋਕਿਟ ਦਿਖਾਈ ਹੈਗੀ। ਇਹ ਦੋਨੋਂ ਬਰੋਕਟਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਬਰੋਕਟ ਪਸੰਦ ਹੈ ਉਹ ਤੁਸੀਂ ਸਾਡੇ ਤੋਂ ਲੈ ਸਕਦੇ ਹੋ। ਤੁਸੀਂ ਇਹਦੇ ਉੱਪਰ ਵਰਕ ਕਰਵਾਉਣਾ ਉਹ ਕਰਵਾ ਸਕਦੇ ਹੋ, ਇਸ ਤਰ੍ਹਾਂ ਹੀ ਸਿਲਾਈ ਡਿਜ਼ਾਇਨਿੰਗ ਕਰਕੇ ਸਿਲਾਈ ਕਰਵਾਉਣੀ ਉਹ ਕਰਵਾ ਸਕਦੇ ਹੋ, ਜਿਵੇਂ ਤੁਹਾਨੂੰ ਪਸੰਦ ਹੈ ਜੀ ਆਪਾਂ ਕਰਕੇ ਦੇ ਦਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ। ਚਲੋ ਠੀਕ ਹੈ ਜੀ, ਅੱਜ ਵਾਲੀ ਵੀਡੀਓ ਤੁਹਾਨੂੰ ਇੱਥੇ ਕਰਦੇ ਹਾਂ, ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ, ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ, ਹੰਢਾਉਂਦੇ ਰਹੋ। ਠੀਕ ਹੈ ਜੀ, ਫਿਰ ਨਵੀਂ ਵੀਡੀਓ ਨਾਲ ਮਿਲਦੇ ਹਾਂ, ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਬਾਏ।